ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ ਮੇਰੇ ਬਹਿਣ ਭਾਈਓ, ਅੱਲਾ ਤੁਹਾਨੂੰ ਖੁਸ਼ ਰੱਖੇ, ਸ਼ਾਦੋ ਬਾਦ ਰੱਖੇ। ਤੁਹਾਡਾ ਆਪਣਾ ਚੈਨਲ ਐਸ਼ਾ ਫੈਮਿਲੀ ਵਲੌਗ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ, ਜਿਹੜਾ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ, ਸਾਡੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਭੈਣ ਭਾਈਆਂ ਤੱਕ ਬਰ ਵਕਤ ਪਹੁੰਚਦਾ ਰਹੇ। ਅੱਜ ਦੀ ਵੀਡੀਓ ਕੁਛ ਇਸ ਤਰ੍ਹਾਂ ਦੀ ਆ ਵੀ ਅੱਜ ਅਸੀਂ ਖਾਣੇ ਵਿੱਚ, ਕਿਉਂਕਿ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀਗੀ ਸਭ ਨੂੰ, ਅਤੇ ਅੱਜ ਜਿਹੜੇ ਕਿ ਨਾ ਅੱਜ ਖਾਣੇ ਵਿੱਚ ਜੂਸ ਤਿਆਰ ਕਰਦੇ ਹਾਂ, ਅਤੇ ਇਨਸ਼ਾਅੱਲਾ ਅਸੀਂ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਦੇ ਹਾਂ, ਅਤੇ ਮੇਰੀ ਵੀਡੀਓ ਨਾਲ ਜੁੜੇ ਰਹਿਣਾ, ਸਕਿੱਪ ਨਾ ਕਰਨਾ, ਪੂਰੀ ਵਾਸ਼ ਕਰਨਾ। ਅੱਲਾ ਪਾਕ ਮੇਰੇ ਭੈਣ ਭਾਈਆਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਆਮੀਨ ਸੁਮਾ ਆਮੀਨ। ਅਤੇ ਅੱਛਾ ਜੀ, ਹੁਣ ਚੱਲਦੀ ਹਾਂ ਮੈਂ, ਅਤੇ ਚੱਲ ਕੇ ਦਿਖਾਉਂਦੇ ਹਾਂ ਵੀ ਅੱਜ ਅਸੀਂ ਸਪੈਸ਼ਲ ਅਸੀਂ ਕਿਹੜੀ ਚੀਜ਼ ਅਸੀਂ ਤਿਆਰ ਕਰ ਰਹੇ ਹਾਂ। ਅੱਛਾ ਜੀ, ਦਾਲ ਜਿਹੜੀ ਉੱਬਲ ਲੱਗ ਪਈ ਹੈ, ਅਤੇ ਦਾਲ ਮੈਂ ਲਸਣ ਪਿਆਜ਼ ਇਸ ਤਰ੍ਹਾਂ ਛਿੱਲਿਆ ਵਾ, ਅਤੇ ਪਿਆਜ਼ ਵੀ ਕੱਟ ਲਿਆ, ਪਿਆਜ਼ ਵੀ ਫਰਿਜ ਕਰ ਦਿੰਦੀ, ਅਤੇ ਨਾਇਆ ਫਾਤਮਾ ਦੇਖੋ ਬਹਿਣ ਬਾਈ ਜੀ ਖਲਾਰਾ ਪਾਉਂਦੀ ਹੁੰਦੀ ਪਿੱਛੇ ਹੋ ਜਾ। ਦਾਲ ਪਕਾਇਆ ਕੇ ਦਿਆ ਕਰੂੰ ਚਾਹ, ਚਾਹ ਦਾਦੀ ਨੂੰ ਪਕਾ ਕੇ ਦਿਆ ਕਰੂੰ, ਚਾਹ ਦਾਦੀ ਨੂੰ ਚਾਹ ਪਕਾ ਕੇ ਦਿਆ ਕਰੂੰ, ਹਜੇ ਤਾਂ ਖਲਾਰੀ ਪਾਉਂਦੀ, ਖਲਾਰੀ ਪਾਉਂਦੀ ਹੈ। ਅਤੇ ਨਮਕ ਨਮਕ ਮੈਂ ਪਾਇਆ ਹੋਇਆ, ਮੈਂ ਹਾਂਜੀ ਨਮਕ ਰੈਡ ਮਿਰਚ ਪਾਊਡਰ ਪਾਉਣਾ, ਰੈਡ ਮਿਰਚ 2 ਚਮਚ, ਕਿਉਂਕਿ ਮੈਂ ਪੌੜੀ ਕੰਮ ਆ, ਅਤੇ ਹਲਦੀ ਦਾ ਚਮਚ, ਨਮਕ ਮਰੀ ਮਿਰਚ ਮੈਂ ਕਹਿੰਦੀ ਪਾਇਆ ਵਾ, ਮਸਾਲਾ ਦਾ ਖਲਾਰਾ ਪਾਉਂਦੀ, ਮੈਂ ਕਹਿੰਦੀ ਮਿੱਠਾ ਪਰ ਚੱਕ ਕੇ ਲਿਜਾਵਾਂ। ਚੋਰ ਪੈ ਗਏ ਜੀ, ਚੋਰ ਪੈ ਗਏ, ਚੋਰ ਪੈ ਗਏ, ਚੋਰ ਪੈ ਗਏ, ਚੋਰ ਪੈ ਗਏ ਮੇਰੇ ਭੈਣ ਬਾਈ, ਉਹ ਦੇਖ ਚਿੱਟੇ ਦੇਣੀ, ਚਿੱਟੇ ਦਿਨ ਚੋਰ ਪੈ ਗਏ, ਚਿੱਟੇ ਦਿਨ ਚੋਰ ਪੈ ਗਏ, ਬਿਨ ਚਿੱਟੇ ਦਿਨ ਚੋਰ ਪੈ ਗਏ, ਪਰੇ 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 ਤੇ ਚੀਜ਼ਾਂ ਖਰਾਬ ਦੀ ਨਾ ਆਇਆ ਇੱਧਰ ਨੂੰ, ਨਾ ਫਿਰ ਨਹੀਂ ਸੁਣਨਾ, ਨਹੀਂ ਸੁਣਨਾ, ਨਹੀਂ ਸੁਣਨਾ। ਬੈਰ ਬੈਰ ਮੈਂ ਬੜੀ ਕੁੰਨੀ ਜੀ, ਬੜੀ ਹੱਦ ਵਾ ਜੀ, ਬਹੁਤ ਸ਼ਰਾਰਤ ਨਾਲ ਕੁੜੀ, ਮੈਂ ਦੂਸਰਾ ਢੱਕਣ ਲਾਤਾ ਵਾ, ਐਪ ਪਰ ਢੱਕਣ ਦੇ ਦਿੱਤਾ, ਹੁਣ ਮਾਚੇ ਦਾ ਖਾਣਾ ਵੀ ਬਣ ਕੇ ਤਿਆਰ ਹੋ ਜਾਂਦਾ ਜਲਦੀ ਜਲਦੀ, ਅੱਗਾਂ ਘਰ ਨੂੰ। ਹਾਂਜੀ ਅੰਮਾ ਦੱਸੋ, ਅੰਮਾ ਜੀ ਦੱਸੋ, ਮੇਰੇ ਭੈਣ ਬਾਈ ਉਹ ਮੈਨੂੰ ਆਵਾਜ਼ਾਂ ਐਸ਼ਾ ਮਾਰਦੀ ਹੈ, ਆਵਾਜ਼ਾਂ ਐਸ਼ਾ, ਅਤੇ ਹਨਾਨ ਆਵਾਜ਼ਾਂ ਮਾਰੂ ਹਨਾਨ ਹਨਾਨ, ਅਤੇ ਇੰਨੀ ਮੇਰੀ ਭੈਣ ਬਾਈ ਸ਼ਰਾਰਤ ਨੂੰ, ਬਹੁਤ ਸ਼ਰਾਰਤ ਨੂੰ, ਚਾਹ ਭੱਜ 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 ਭੱਜੋ, ਇਹ ਨਾ ਆਲੂ ਪਿਆਜ਼ ਸਾਰੀਆਂ ਚੀਜ਼ਾਂ, ਹੁਣ ਮੈਂ ਮੰਦਾਨਾ ਜੀ ਦਾ ਬਿਸਕੁਟ ਰੱਖਿਆ ਹੀ ਨਹੀਂ ਆਪਾਂ ਖਾ ਲਿਆ, ਹੁਣ ਆ ਕੇ ਇਹਨੂੰ ਚੁੰਮ ਲਈ, ਠੀਕ ਆ ਗਈ, ਫਿਰ ਆ ਗਈ ਵਧੀਆ, ਮੈਂ ਚੱਕ ਲਾ ਬੇਟਾ। ਅੱਛਾ ਜੀ, ਮਸਲਾ ਹਾਂਡੀ ਵਿੱਚ ਪਾਣੀ ਪਾ ਕੇ ਅਤੇ ਉੱਪਰ ਰੱਖ ਦਿੱਤਾ ਵਾ, ਅਤੇ ਇਸ ਤਰ੍ਹਾਂ ਗਰਮ ਹੋ ਜਾਂਦਾ, ਚੱਪਣ ਵੀ ਟੁੱਟ ਗਿਆ ਵਾ, ਇਹ ਵੀ ਨੁਕਸਾਨ ਹੀ ਹੋ ਗਿਆ ਹੁਣ, ਅਤੇ ਹੁਣ ਦੂਜੇ ਦਿਨ ਬਾਜ਼ਾਰ ਜਾਊਂਗੀ ਫਿਰ ਲੈ ਕੇ ਆਊਂਗੀ ਚੱਪਣ, ਹਾਂਡੀ ਦਾ ਚੱਪਣ ਲਾਇਆ ਫਾਤਮਾ ਤੋਂ ਮੰਮਾ ਦਾ ਨਿਸ਼ਨੇ ਤੋੜਿਆ ਵਾ ਨੀਚੇ ਸਿੱਟ ਕੇ, ਅਤੇ ਅਜੇ ਅਸੀਂ ਲੱਗੇ ਖਾਣੇ ਵਿੱਚ ਬਣਾਉਣ, ਅਸਲਾਨ ਅਤੇ ਸ਼ਾਹਦ ਬੇਟਾ ਦੋਨੋਂ ਹੁਣ ਗੰਦਮ ਵੱਢਣ ਡਏ ਆ, ਅਸੀਂ ਤਾਂ ਨਹੀਂ, ਮੈਂ ਤਾਂ ਨਹੀਂ ਹੈਗੀ ਅੱਜ,
ਤੇ ਗੰਦੇ ਮਾਸ਼ਾਅੱਲਾ ਵੱਢਣ ਡਏ ਆ ਤੇ ਅਸੀਂ ਕਿਹਾ ਆ ਜਾਣਾ ਉਹਨਾਂ ਨੇ ਵੀ ਉੱਥੇ ਭੁੱਖ ਲੱਗੀ ਹੋਈ ਸਾਰਾ ਦਿਨ ਜ਼ਾਹਰ ਕੰਮ ਕਰਦੇ ਆ ਭੁੱਖ ਤਾਂ ਲੱਗਦੀ ਹੈ ਤੇ ਉਸਮਾਂ ਬੇਟੀ ਨੇ ਅਸੀਂ ਰੋਟੀ ਭੇਜ ਦਿੱਤੀ ਸੀ ਉਹਨਾਂ ਨੂੰ ਉਹਨਾਂ ਵਾਸਤੇ ਸ਼ਾਮ ਨੂੰ ਹੁਣ ਘਰ ਆ ਕੇ ਉਹਨਾਂ ਨੂੰ ਖਾਣਾ ਖਾਣਾ ਅਤੇ ਹੁਣ ਦਾਲ ਜਿਹੜੀ ਆ ਇਸ ਫਿਰ ਮੈਂ ਸਵਾਲ ਕੇ ਦੇਖ ਲੈਂਦੀ ਦੇਖ ਕੇ ਅਤੇ ਦੁਕਾਨ ਤੋਂ ਮੈਂ ਪਿਆਜ਼ ਖਤਮ ਹੋਏ ਹੋਏ ਸੀ ਪਿਆਜ਼ ਅਤੇ ਆਲੂ ਅਤੇ ਬੱਚਿਆਂ ਵਾਸਤੇ ਬਿਸਕੁਟ ਲੈ ਕੇ ਆਈ ਅਨਾਇਆ ਫਾਤਮਾ ਮੰਦਾਨਿਸ਼ ਇਹਨਾਂ ਵਾਸਤੇ ਲੈ ਕੇ ਆਈ ਮੈਂ ਕਿਹਾ ਇਹਨਾਂ ਨੂੰ ਵੀ ਦਿੰਦੀ ਹਾਂ ਬਿਸਕੁਟ ਵੀ ਦਿੰਦੀ ਕਿਉਂਕਿ ਮੈਂ ਅਨਾਇਆ ਫਾਤਮਾ ਅਤੇ ਜਦੋਂ ਦੇਖ ਲੈਣਾ ਛਾਪਰ ਮਾੜਾ ਜਿਹਾ ਖੜਕਦਾ ਭੱਜ ਗਈ ਸੀ ਮੇਰੇ ਵੱਲੋਂ ਅਤੇ ਮੇਰੇ ਭੈਣ ਭਾਈ ਰੋਜ਼ ਸਬਜ਼ੀ ਇੰਨੀ ਮਹਿੰਗੀ ਹੈ ਨਾ ਬਹੁਤ ਜ਼ਿਆਦਾ ਮਹਿੰਗੀ ਹੈ ਪਕਾਉਣ ਦਾ ਨਹੀਂ ਪਤਾ ਵਕਤ ਰਹਿੰਦਾ ਵਾ ਅੱਛਾ ਜੀ ਦਾਲ ਜਿਹੜੀ ਆ ਹੁਣ ਵਿੱਚ ਮਿਕਸ ਕਰ ਦਿੰਦੀ ਨਾ ਨਾ ਆਇਆ ਫਾਤਮਾ ਨਾ ਕੁਛ ਇਹ ਜੀ ਬਿਸਕੁਟ ਦਿੱਤਾ ਵਾ ਫਿਰ ਵੀ ਪੰਗੇ ਲਈ ਜਾਂਦੀ ਹੈ ਅਤੇ ਹੁਣ ਦਾਲ ਵਿੱਚ ਕਰ ਦਿੰਦੀ ਮਿਕਸ ਅਤੇ ਮੈਂ ਲਸਣ ਪਿਆਜ਼ ਬਣਾਉਂਦੀ ਹਾਂ ਪੀਸ ਪੀਲਾ ਕਿਉਂਕਿ ਹਾਂਡੀ ਦੇ ਪਹਿਲੇ ਪੱਕਣੀ ਦਾ ਪਾ ਕੇ ਰੱਖ ਦੇਣੀ ਹਾਂਜੀ ਹਾਂਜੀ ਦਾਲ ਹਾਂਜੀ ਹਾਂਜੀ ਦਾਲ ਹੀ ਆਏ ਜੀ ਹੋਰ ਦੱਸੋ ਜੀ ਤੁਸੀਂ ਅਤੇ ਹੁਣ ਮੈਂ ਦਾਲ ਉੱਪਰ ਰੱਖ ਦਿੱਤੀ ਪੱਕਣੀ ਹੁਣ ਸਭ ਤੋਂ ਪਹਿਲੇ ਪਿਆਜ਼ ਦੋ ਪਿਆਜ਼ ਲੈ ਲਏ ਸਭ ਤੋਂ ਪਹਿਲੇ ਲਿਆ ਪਿਆਜ਼ ਅਤੇ ਲਸਣ ਜਲਦੀ ਜਲਦੀ ਨਾ 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 ਭਾਇਆ ਫਾਤਮਾ ਗੰਦੇ ਕੰਮ ਨਹੀਂ ਕਰੀਦੇ ਹੈਗੇ ਜਿਹੜਾ ਪੁੱਛ ਨਹੀਂ ਤੂੰ ਇੱਦਾਂ ਦੇ ਕੰਮ ਕਰੀਦੇ ਦੇਖਿਆ ਫਿਰ ਨਾਇਆ ਫਾਤਮਾ ਤੰਗ ਕਰਦੀ ਫਿਰ ਮੈਨੂੰ ਲਸਣ ਅਤੇ ਪਿਆਜ਼ ਹੁਣ ਤਾਂ ਜਦੋਂ ਛਿੱਲੇ ਨਹੀਂ ਛਿੱਲ ਕੇ ਅਤੇ ਫਿਰ ਲਸਣ ਪਿਆਜ਼ ਵਿੱਚ ਮਿਕਸ ਕਰਦੇ ਹਾਂ ਅਤੇ ਨਮਕ ਮਿਰਚ ਪਾਊਡਰ ਮਸਾਲੇ ਜਿਹੜੇ ਨੇ ਉਹ ਵੀ ਵਿੱਚ ਭੁੰਨੇ ਹਾਂ ਥੋੜ੍ਹਾ ਜਿਹਾ ਉਬਾਲਾ ਆ ਮਸ਼ਲਾ ਦਾਲ ਪਾ ਕੇ ਤਿਆਰ ਹੋ ਚੁੱਕੀ ਸੀ ਲਸਣ ਦਾ ਤੜਕਾ ਲਗਾਇਆ ਔਰ ਗਰਮ ਮਸਾਲਾ ਵਿੱਚ ਮਿਕਸ ਕਰਤਾ ਸੀ ਅੰਮੀ ਉਹਨਾਂ ਨੂੰ ਦੇ ਕੇ ਆਈ ਹਾਂ ਰੋਟੀ ਖਾਣਾ ਦੇ ਆਈ ਹਾਂ ਅਤੇ ਮਸ਼ਲਾ ਖਾਣਾ ਤਿਆਰ ਹੋ ਗਿਆ ਬਹੁਤ ਮਜ਼ੇਦਾਰ ਦਾਲ ਬਣੀ ਅਤੇ ਸਭ ਨੇ ਖਾ ਲਈ ਹੈ ਕਿਉਂਕਿ ਮੈਂ ਰਹਿ ਗਈ ਖਾਣਾ ਖਾਣ ਵਾਲੀ ਅਤੇ ਉੱਪਰ ਦਿੱਤੀ ਢੱਕਣ ਦੁੱਧ ਉੱਪਰ ਰੱਖਿਆ ਹੋਇਆ ਪੁੱਛਦੇ ਅੰਮੀ ਨੂੰ ਦੁੱਧ ਪੀਣਾ ਦੁੱਧ ਪੀ ਲੂਗੇ ਅਤੇ ਲੱਸੀ ਜਿਹੜੀ ਨਾ ਠੰਡੀ ਕਰਕੇ ਬਣਾ ਲਾਂਗੇ ਦੁੱਧ ਦੀ ਅੱਛਾ ਜੀ ਉੱਥੇ ਪੰਖਾ ਲਾ ਕੇ ਅਸੀਂ ਬੈਠੇ ਹਾਂ ਅੰਦਰ ਅਤੇ ਖਾਣਾ ਮਾਸ਼ਰਾ ਅਸੀਂ ਖਾ ਲਿਆ ਵਾ ਦਾਲ ਮਾਸ਼ਰਾ ਬਹੁਤ ਮਜ਼ੇਦਾਰ ਬਣੀ ਸੀ ਅੱਛੀ ਬਣੀ ਸੀਗੀ ਅਤੇ ਇਹ ਵੀ ਆਪਣੇ ਫਿਲਟਰ ਪੀ ਕੇ ਹੁਣ ਮੇਰੇ ਕੋਲ ਬੈਠੇ ਆ ਭਾਂਡੇ ਖਾਲੀ ਕਰਕੇ ਆਪਣੇ ਇਨਸ਼ਾਅੱਲਾ ਮੇਰਾ ਬੇਟਾ ਅੱਗੇ ਛੇਤੀ ਗੱਲਾਂ ਕਰੂਗਾ ਇਹਨਾਂ ਨੇ ਇੱਥੇ ਸਾਡੇ ਕੋਲ ਪੈਣਾ ਹੁੰਦਾ ਵਾ ਅਤੇ ਜਿਸ ਤਰ੍ਹਾਂ ਜੇ ਦੇਖੇ ਸੌਂ ਗਏ ਆ ਫਿਰ ਇਹਦੀ ਮੰਮਾ ਨੂੰ ਚੱਕ ਕੇ ਲਿਆਉਣੇ ਹੁੰਦੇ ਦੋਨੋਂ ਅਤੇ ਸਾਡੇ ਨਾਲ ਪੈਣਾ ਹੁੰਦਾ ਇੱਥੇ ਆ ਕੇ ਸਿੱਧੇ ਨੂੰ ਚੱਕ ਕੇ ਲਿਆਉਣਾ ਹੁੰਦਾ ਅਤੇ ਅੱਛਾ ਜੀ ਫਿਰ ਮੈਂ ਬਾਈਓ ਇਹ ਖਾਣਾ ਮਾਸ਼ਾਅੱਲਾ ਖਾ ਚੁੱਕੇ ਸੀ ਮਾਸ਼ਾਅੱਲਾ ਦਾਲ ਮਜ਼ੇਦਾਰ ਬਣੀ ਹੋਈ ਸੀ ਅੱਛੀ ਬਣੀ ਹੋਈ ਸੀ ਅਤੇ ਇਹ ਸੀ ਸਾਡੀ ਅੱਜ ਦੀ ਵੀਡੀਓ ਅਗਰ ਜੇ ਮੇਰੇ ਭੈਣ ਭਾਈਆਂ ਨੂੰ ਪਸੰਦ ਆਈ ਹੋਵੇ ਅਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਸਾਨੂੰ ਜ਼ਰੂਰ ਦੱਸੀ ਆਪਣੇ ਦੁਆਵਾਂ ਸਾਨੂੰ ਕੋਈ ਯਾਦ ਰੱਖੀਓ ਅਸੀਂ ਵੀ ਆਪਣੇ ਮਹਿਰ ਭਾਈਆਂ ਨੂੰ ਹਰ ਟਾਈਮ ਯਾਦ ਰੱਖਦੇ ਹਾਂ ਪਾਕ ਫਿਰ ਭੈਣ ਭਾਈਆਂ ਨੂੰ ਤੰਦਰੁਸਤੀ ਦੇਵੇ ਸਿਹਤ ਦੇਵੇ ਬਿਮਾਰਾਂ ਨੂੰ ਸ਼ਿਫਾ ਦੇਵੇ ਜਿਹੜਾ ਬੇਰੁਜ਼ਗਾਰ ਆ ਅਲੱਗ ਅਲੱਗ ਅਸੀਂ ਲੱਗੇ ਜਿਹੜੇ ਵੀ ਔਲਾਦ ਅਲੱਗ ਅਲੱਗ ਲੇਖ ਔਰ ਸਾਰੀ ਔਲਾਦ ਦੇ ਬਿਮਾਰ ਅਲੱਗ ਅਲੱਗ ਕੰਮ ਦੇ ਸ਼ਿਫਾ ਦੇਵੇ ਆਮੀਨ ਸੁਮਾਮੀ ਅਤੇ ਜਿੰਨੀ ਵੀ ਯੂਟਿਊਬ ਫੈਮਿਲੀ ਆ ਵੀ ਪਿਆਰ ਨੂੰ ਬਦਲਦੀ ਹੈ ਲਗਾ ਸਭ ਨੂੰ ਆਪਣੇ ਗੁਣਾਂ ਰੱਖੇ ਅਤੇ ਫਿਰ ਮਿਲਾਂਗੇ ਨੈਕਸਟ ਵੀਡੀਓ ਵਿੱਚ ਸਾਨੂੰ ਅਲਾਫੀਜ਼।